ਤੁਸੀਂ ਵੇਖ ਰਹੇ ਹੋ ਪੰਜ ਦਰਿਆ ਨਿਊਜ਼। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਪ੍ਰਸਤਾਵ ਵਿਧਾਨ ਸਭਾ ਵਿੱਚ ਪੇਸ਼ ਕੀਤਾ ਹੈ। ਇਸ ਤੋਂ ਬਾਅਦ ਪ੍ਰਸਤਾਵ ਤੇ ਚਰਚਾ ਵੀ ਹੋ ਰਹੀ ਹੈ। ਅਕਾਲੀ ਦਲ ਤੇ ਕਾਂਗਰਸ ਨੇ ਇਸ ਨੂੰ ਸਮਰਥਨ ਦਿੱਤਾ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਸੰਬੰਧ ਵਿੱਚ ਮਾਨ ਸਰਕਾਰ ਜੋ ਵੀ ਫੈਸਲਾ ਲਵੇਗੀ ਅਸੀਂ ਪੂਰਾ ਸਾਥ ਦੇਵਾਂਗੇ ਅਤੇ ਚੰਡੀਗੜ੍ਹ ਦੇ ਮੁੱਦੇ ਤੇ ਵਿਰੋਧੀਆਂ ਤੇ ਆਪ ਸਰਕਾਰ ਵਿਚਾਲੇ ਤਿੱਖੀ ਲੜਾਈ ਹੋਈ। ਤੁਸੀਂ ਜਿਹੜੇ ਹਾਊਸ ਤੋਂ ਫੜ ਲਓ, ਤੁਸੀਂ 1 ਅਪ੍ਰੈਲ ਨੂੰ ਦਿਨ ਨਹੀਂ ਮੰਨਦੇ। ਜੋ ਬੱਚੇ ਅੱਜ ਪੈਦਾ ਹੋਣਗੇ ਤਾਂ ਮਤਲਬ ਉਹ ਦਿਨ ਹੀ ਮਾੜਾ ਸੀ। ਅੱਜ ਚੰਡੀਗੜ੍ਹ ਦੇ ਵਿੱਚ ਰੂਲ ਲਾਗੂ ਹੋ ਰਿਹਾ, ਚੰਡੀਗੜ੍ਹ ਚ ਰੂਲ ਲਾਗੂ ਹੋ ਰਿਹਾ, ਉਹਦਾ ਵਿਰੋਧ ਕਰ ਰਹੇ ਹਾਂ ਅਸੀਂ। ਅਸੀਂ ਚੰਡੀਗੜ੍ਹ ਦੇ ਵਿੱਚ ਜਿਹੜਾ ਰੂਲ ਅੱਜ ਲਾਗੂ ਹੋ ਰਿਹਾ ਉਹਦਾ ਵਿਰੋਧ ਕਰ ਰਹੇ ਹਾਂ, ਉਹਦੇ ਵਿਰੁੱਧ ਪ੍ਰਸਤਾਵ। ਤੁਸੀਂ ਕੀ ਕੀਤਾ 5 ਸਾਲ ਚ? 4.5 ਸਾਲ ਤਾਂ ਸਿਸਮਾਂ ਵਾਲੇ ਮਹਿਲ ਦੇ ਤੁਸੀਂ ਦਰਵਾਜ਼ੇ ਨਹੀਂ ਖੋਲੇ, 4.5 ਸਾਲ ਦਰਵਾਜ਼ੇ ਹੀ ਖੜਾ ਲੈਂਦੇ ਸਿਸਮਾਂ ਵਾਲੇ ਮਹਿਲ ਦੇ। ਕੀ ਲਾਗੂ ਕਰ ਗਏ ਉਹ ਬੀਜੇਪੀ ਵਾਲੇ? ਕੀ ਲਾਗੂ ਕਰ ਗਏ? ਕਦੇ ਵਿਰੋਧ ਕੀਤਾ? ਸਿੱਧਾ ਜਾਂਦੇ ਸੀਗੇ HM ਕੋਲੇ, ਸਿੱਧਾ ਜਾਂਦੇ ਸੀ ਪ੍ਰਧਾਨ ਮੰਤਰੀ ਕੋਲੇ ਤੁਹਾਡੇ ਕੈਪਟਨ ਸਾਹਿਬ। ਸੋ ਇਸ ਕਰਕੇ ਕਿਰਪਾ ਕਰਕੇ ਸੁਣਨ ਦਾ ਮਾਦਾ ਰੱਖੋ। ਹਾਂ, ਥੋੜਾ ਜਿਹਾ ਔਖਾ ਹੁੰਦਾ 5 ਸਾਲਾਂ ਬਾਅਦ ਜਦੋਂ ਜਾਂਦੀ ਹੈ ਤਾਕਤ ਨਾ, ਔਖਾ ਹੁੰਦਾ, ਪਰ ਬਹਿ ਜਾਓ। 7 ਸਾਲ ਮੈਂ ਪਾਰਲੀਮੈਂਟ 'ਚ ਰਿਹਾ, ਮੈਂ ਬਹੁਤ ਬਿਠਾਏ ਨੇ ਏਦਾਂ। ਹਾਂ, ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਵਿਧਾਇਕ ਇੰਦਰ ਪ੍ਰਤਾਪ ਸਿੰਘ ਨੂੰ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਸਦਨ ਚੋਂ ਬਾਹਰ ਕੱਢ ਦਿੱਤਾ ਹੈ। ਮੈਂ ਮਾਰਸ਼ਲ ਦਾ ਹੁਕਮ ਦਿੰਦਾ ਕਿ ਮੈਂਬਰ ਸਾਹਿਬ ਨੂੰ ਬਾਹਰ ਭੇਜਿਆ ਜਾਵੇ। ਹਾਂਜੀ, ਬਾਹਰ ਛੱਡ ਕੇ ਆ ਜਾਵੇ। ਮੈਂ ਮਾਰਸ਼ਲ ਦਾ ਹੁਕਮ ਦਿੰਦਾ ਕਿ ਮੈਂਬਰ ਸਾਹਿਬ ਨੂੰ ਬਾਹਰ ਛੱਡ ਕੇ ਆ ਜਾਵੇ। ਦੋਸਤੋ, ਤੁਸੀਂ ਭਗਵੰਤ ਮਾਨ ਦੇ ਇਸ ਬਿਆਨ ਬਾਰੇ ਕੀ ਕਹਿਣਾ ਚਾਹੋਗੇ? ਸਾਨੂੰ ਆਪਣੇ ਕਮੈਂਟ ਦੇਣਾ ਨਾ ਭੁੱਲਣਾ ਤੇ ਤੁਸੀਂ ਵੇਖਦੇ ਰਹੋ 5 ਦਰਿਆ ਨਿਊਜ਼।